जी सत श्रीकाल ते नाले जिहड़ी तुहाडी हुण ड्यूटी बनदी है चैनल नूं सबसक्राइब कर दो एदां उंगल मार के नाले बैल आइकोन बनिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जाऊ सो कर लो सबसक्राइब। पुलिस वल्लों निहंगां दे डेरे ते नगदी ते मारू हथियार बरामद कीते गए। पुलिस ने 9 दे करीब निहंग सिंह लए हिरासत च। सनोर पटियाला रोड स्थित सब्जी मंडी विखे अज सवेरे मंडी अंदर दाखल होने तो रोके जाने ते कुछ निहंग सिंघां वल्लों पंजाब पुलिस दे चार मुलाजमां ते कृपाना ते तेजधार हथियारां नाल हमला करन दे संबंध विच पुलिस ने 9 दे करीब निहंग नूं अपनी हिरासत विच लिया, जिस तो बाद पुलिस निहंगां दे डेरे विच सर्च ऑपरेशन द्वारा 35 लाख रुपए नकदी दे नाल नाल होर भी मारू हथियार अते नशीले पदार्थ भी बरामद करन दा दावा कीता। इस सारी घटना दी पुष्टि आईजी पटियाला रे जतिंदर सिंह गोलक वल्लों कीती गई। ਕਿ ਪਹਿਲਾਂ ਅੰਦਰ ਕੁਝ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਮੰਡੀਪੁਰ ਦਾ ਜਿਹੜਾ ਮਾਜੂਦ ਇਤਿਹਾਸ ਸੀ ਉਹ ਇੰਜਰ ਕੀਤਾ, ਸਾਡੀ ਪੁਲਿਸ ਪਾਰਟੀ ਰੋਕਿਆ ਤਾਂ ਇਹਨਾਂ ਸਾਡੀ ਪੁਲਿਸ ਪਾਰਟੀ ਦੇ ਅਟੈਕ ਕਰਤੇ, ਉਹਦੇ ਵਿੱਚ ਸਾਡੇ ਐਸਐਚਓ ਦੇ 2 ਕੱਟ ਡੀਪ ਕੱਟ ਲੱਗੇ ਹੋਏ ਆ ਕਰਪਾਨਾ ਦੇ, ਇੱਕ ਬਾਜੂ ਤੇ ਇੱਕ ਬੈਕ ਤੇ, ਇੱਕ ਐਸਐਚਓ ਜਿਹਨਾਂ ਨੇ ਬਾਜੂ ਬਿਲਕੁਲ ਹੀ ਗਾਰੋ ਕੱਟ ਦਿੱਤੀ ਹਰਜੀਤ ਸਿੰਘ, ਉਸ ਤੋਂ ਇਲਾਵਾ 2 ਮੁਲਾਜ਼ਮਾਂ ਨੂੰ ਹੋਰ ਇੰਜਰ ਕੀਤਾ, ਉਸ ਤੋਂ ਬਾਅਦ ਗੱਡੀ ਭਜਾ ਕੇ ਇੱਥੇ ਪਰ ਉੱਥੇ ਇਹਨਾਂ ਨੇ ਜਿਹੜਾ ਗੇਟ ਸੀਗਾ ਸਬਜ਼ੀ ਮੰਡੀ ਦਾ ਗੇਟ ਦੇ ਉੱਪਰ ਗੱਡੀ ਵੀ ਮਾਰੀ, ਗੱਡੀ ਦੇ ਵਿੱਚ ਜਿਹੜੀ ਫੋਟੋ ਦੇ ਵਿੱਚ ਉਹਦੇ ਬਾਪਰੀ ਕੁੱਟ ਲਿਆ, ਫਿਰ ਆ ਕੇ ਇੱਥੇ ਛੁੱਪ ਗਏ। ਇੱਥੇ ਪੁਲਿਸ ਪਾਰਟੀ ਆ ਗਈ, ਸਾਡੇ ਐਸਐਸਪੀ ਸਾਹਿਬ ਇਮੀਡੀਏਟਲੀ ਪਹੁੰਚ ਗਏ, ਬਾਅਦ 'ਚ ਮੈਂ ਹੀ ਪਹੁੰਚ ਗਿਆ, ਏਡੀਸੀਪੀ ਸਾਹਿਬ ਵੀ ਆ ਗਏ, ਅਸੀਂ ਇੰਨਾ ਕੁਝ ਸਿਵਲ ਦੇ ਬੰਦੇ ਅੰਦਰ ਭੇਜੇ, ਇੰਨਾ ਗੱਲਬਾਤ ਕੀਤੀ, ਪਹਿਲਾਂ ਖੁਦ ਗੱਲ ਕੀਤੀ, ਇਹ ਨਹੀਂ ਮੰਨੇ ਬਾਹਰ, ਫਿਰ ਅਸੀਂ ਇੱਥੇ ਲੋਕਲ ਬੰਦੇ ਕੁਛ ਅੰਦਰ ਭੇਜੇ, ਉਹਨਾਂ ਨਾਲ ਗੱਲਬਾਤ ਕੀਤੀ, ਉਹ ਅੱਧਾ ਪੌਣਾ ਘੰਟਾ ਇਹਨਾਂ ਨਾਲ ਟਾਈਮ ਸਪੈਂਡ ਕਰਕੇ ਬਾਹਰ ਆਏ। ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਇਹਨਾਂ ਨੇ ਪੇਸ਼ ਨਹੀਂ ਹੋਣਾ, ਇਹ ਕਹਿੰਦੇ ਅਸੀਂ ਪੇਸ਼ ਨਹੀਂ ਹੋਣਾ ਗਾ, ਇਹਨਾਂ ਕੋਲ ਵੈਪਨ ਵੀ ਹੈਗੇ ਆ। ਫਿਰ ਅਸੀਂ ਜੋ ਕੁਛ ਅਤੇ ਜਦੋਂ ਅਸੀਂ ਉੱਤੇ ਦਾਲ ਜਿਹੜਾ ਸਕੂਲ ਹੈਗਾ ਇੱਥੇ ਬਲਵੇੜ ਦੇ ਵਿੱਚ ਸਕੂਲ ਪੈਂਦਾ ਹੈਗਾ, ਉੱਥੇ ਅਸੀਂ ਪਬਲਿਕ ਐਡਰੈਸ ਉੱਤੇ ਨਾਲ ਵੀ ਇਹਨਾਂ ਨਾਲ ਗੱਲ ਕੀਤੀ, ਇਹਨਾਂ ਨੇ ਸਿਲੰਡਰ ਕਰਨ ਤੋਂ ਬਿਲਕੁਲ ਮਨਾ ਕਰ ਦਿੱਤਾ, ਬਲਕਿ ਸਾਨੂੰ ਸਾਰੀ ਪੁਲਿਸ ਪਾਰਟੀ ਨੂੰ ਬੜੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ। ਅਸੀਂ ਇੱਥੇ ਨੇੜੇ ਆਏ, ਆ ਕੇ ਅਸੀਂ ਇਹਨਾਂ ਨੂੰ ਫਿਰ ਕਿਹਾ ਕਿ ਤੁਸੀਂ ਆ ਜਾਓ, ਤੁਸੀਂ ਬਾਹਰ ਆ ਜਾਓ, ਇਹਨਾਂ ਨੇ ਕਿਰਪਾਨਾਂ ਕੱਢੀਆਂ ਨਾਲੇ ਅੰਦਰੋਂ ਫਾਇਰ ਦੀ ਆਵਾਜ਼ ਆਈ, ਜੋ ਫਾਇਰ ਦੀ ਆਵਾਜ਼ ਆਈ ਤਾਂ ਅੰਦਰੋਂ ਸਾਨੂੰ ਕੁਛ ਜੀ ਕੀ ਝਾੜਾ ਵੀ ਪਿਆ, ਸਾਨੂੰ ਲੱਗਿਆ ਕੋਈ ਹੋਸਟੇਜ ਹੈਗੇ, ਜੋ ਪੁਲਿਸ ਪਾਰਟੀ ਨੇੜੇ ਗਈ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਵੀ ਅਟੈਕ ਕੀਤਾ, ਅਟੈਕ ਕਰਕੇ ਫਿਰ ਅਸੀਂ ਉਹਨਾਂ ਨੂੰ ਰਿਪਾਵਰ ਕਰ ਲਿਆ। ਕ੍ਰੋਸ ਫਾਇਰਿੰਗ ਦੇ ਵਿੱਚ ਇਹਨਾਂ ਦੇ ਇੱਕ ਨਿਹੰਗ ਵੀ ਇੰਜਰਡ ਹੈਗਾ, ਜਿਹਨੂੰ ਸਰਜਿੰਦਰ ਹਸਪਤਾਲ ਭੇਜਤਾ ਐਡਮਿਟ ਹੈਗਾ। ਇਹਨਾਂ ਕੋਲ ਜਿਹੜੇ ਵੈਪਨ ਮਿਲੇ ਆ 3 ਫਾਇਰ ਆਰਮ ਮਿਲੇ ਆ, ਕੁਛ ਕਾਰਟ੍ਰਿਜ ਮਿਲੇ ਆ, ਪੈਟਰੋਲ ਬੰਬ ਮਿਲੇ ਆ, ਆਹ ਕਿਰਪਾਨਾਂ ਮਿਲੀਆਂ ਤੁਹਾਡੇ ਸਾਹਮਣੇ ਪਈ ਆ, ਆਹ ਜਿਹੜਾ ਪੈਟਰੋਲ ਬੰਬ ਸ਼ੋਅ ਕਰ, ਪੈਟਰੋਲ ਬੰਬ ਵਾਲਾ ਸਰ ਕਿੰਨੇ ਫਾਇਰ ਚੱਲੇ ਆ, ਭੰਗ ਹੈ ਜੀ, ਇੱਥੇ ਇਹਨਾਂ ਕੱਟੇ ਕੱਟੀ ਕੀਤੀ ਹੋਈ ਆ, ਇਹਦੇ ਵਿੱਚ ਕੁਛ ਇਹਦੇ ਵਿੱਚ ਕੈਮੀਕਲ ਆ, ਅਸੀਂ ਚੈੱਕ ਕਰਾਂਗੇ ਕੀ ਕੈਮੀਕਲ। ਭਾਈ ਸਾਹਿਬ ਕਿੰਨੇ ਫਾਇਰ ਚੱਲੇ ਟੋਟਲ? ਫਾਇਰ ਤੁਹਾਨੂੰ ਅਸੀਂ ਗਿਣਤੀ ਚੱਲ ਰਹੀ ਸਰ, ਕੋਈ ਥੋੜ੍ਹੀ ਹੋਏ 5-4 ਫਾਇਰ। ਸਰ ਇਹ ਡੇਰਾ ਇਹਨਾਂ ਦਾ ਆਪਣਾ ਸੀ ਨਾ ਕੋਈ? ਕੋਈ ਡੇਰਾ ਨਹੀਂ, ਇੱਥੇ ਕਬਜ਼ਾ ਸੀ ਅੰਡਰ ਤਾਂ ਨਹੀਂ ਕੋਈ? ਨਾ ਜਿੱਥੇ ਬੰਦੀ ਅੰਡਰ ਹੈ, ਨਾ ਅਸੀਂ ਇਹ ਕਿਸੇ ਨਿਹੰਗ ਜੱਥੇਬੰਦੀ ਦੇ ਅੰਡਰ। ਸਰ ਇਹਦੇ ਪਹਿਲਾਂ ਵੀ ਕੁਛ ਇਸ ਬਾਬੇ ਦੇ ਮੁਕੱਦਮੇ ਦੇ ਵਿੱਚ ਬਾਬੇ ਦੇ ਉੱਤੇ ਪਹਿਲਾਂ 3 ਪਰਚੇ ਦਰਜ ਹੈ। ਕਿਹੜੇ ਕਿਹੜੇ ਤਰ੍ਹਾਂ ਦਾ ਜੀ? ਦਰਜ ਹੈ ਕੋਈ 2000 ਦਾ, 10-12 ਚੋਰੀ ਦਾ, ਚੋਰੀ ਦਾ 1-7 ਦਾ। ਸਾਰੇ ਪੁਰਾਣੇ ਕੋਈ ਆਪਾਂ ਕੀ ਰਿਕਾਰਡ ਨਹੀਂ ਹੈਗਾ ਜੀ? ਉਹ ਹਣੀ ਹੈ, ਹਣੀ ਪਰ ਚੈੱਕ ਕਰ ਰਹੇ ਸੀ। ਅਰੇ ਇਲੀਗਲ ਵੈਪਨ ਸਾਹਮਣੇ, ਇਲੀਗਲ ਵੈਪਨ ਇਹਨਾਂ ਨੇ ਪਿੱਛੇ 7-8 ਸਿਲੰਡਰ, ਤੁਹਾਨੂੰ ਫੋਟੋ ਅਸੀਂ ਜਾਰੀ ਕਰਦੇ ਹਾਂ, ਉਹ ਇਹਨਾਂ ਨੇ ਰੱਖ ਰੱਖੇ ਸੀ ਤਾਂ ਕਿ ਅੱਗ ਨੂੰ ਅੱਗ ਲੱਗੀ ਜਾਵੇ ਤਾਂ ਕੜਕ ਤੋਂ ਅੱਗ ਲੱਗ ਜਾਵੇ। ਕਿੰਨੇ ਲੋਕ ਅਰੈਸਟ ਕੀਤੇ ਗਏ ਆ? ਕੁਛ ਕੈਸ਼ ਵੀ ਪ੍ਰਾਪਤ ਹੋਇਆ। ਕਿੰਨੇ ਲੋਕ ਅਰੈਸਟ? ਪੈਸੇ ਇੱਕ ਮਿੰਟ ਲਿਆ ਜੀ, ਕਿੱਥੇ ਆ? ਕਿੰਨੇ ਲੋਕ ਅਰੈਸਟ ਕੀਤੇ ਗਏ? ਦਿੰਦੇ ਆ ਕਿੱਥੇ? ਟੋਟਲ ਬੰਦੇ 7 ਬੰਦੇ ਅਰੈਸਟ। ਕਿੱਥੇ? 35? 9 ਸਰ, ਇਹਦੇ ਕੁਝ ਮਹਿਲਾਵਾਂ ਵੀ ਸੀ ਸਰ, ਲੇਡੀਜ਼ ਵੀ ਹੈ, ਕੋਈ ਲੇਡੀਜ਼ ਵੀ ਹੈਗੇ? ਇੱਕ ਲੇਡੀ ਬਲਾ ਕੇ ਪੂਰੇ ਬੰਦੇ ਬਲਾ ਕੇ 9 ਬੰਦੇ ਅਰੈਸਟ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।